ओंकार सतनाम कर्ता पुरख निरपौ निर्वैर अकाल मूरत अजूनी सैभं गुर प्रसाद जप आदि सच जुगाद सच है पी सच नानक हुसी पी सच तिलक जंजू राखा प्रभुता का किन्नो बड़ो कलू महसा का साधन हेत इति जिन करी शीश दिया पर सी ना उचरी जुगो जुग अटल दसोपासह की आत्मक स्वरूप जागदी ज्योत जहारा जहूर सर्व कला भरपूर धन धन सतगुरु साहिब श्री गुरु ग्रंथ साहिब महाराज सच्चे पातशाह जी उन्हां दी पवित्र हजूरी दे अंदर उस महान शहीदी शहादत नूं याद करदे होए गुरु रूप साध संगत जीओ अज आपां धन श्री गुरु तेग बहादुर महाराज सच्चे पातशाह जी जो बैराग त्याग ਅਤੇ ਅਨੁਰਾਗ ਦੀ ਮੂਰਤ ਨੇ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਵੀ ਜਿਹੜੀ ਆਪਣੀ ਰਚੀ ਹੈ ਉਹ ਵੀ ਤਿਆਗ ਬੈਰਾਗ ਤੇ ਅਨੁਰਾਗਮਈ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 15 ਰਾਗਾਂ ਦੇ ਅੰਦਰ 59 ਸਲੋਕ 59 ਸ਼ਬਦ ਅਤੇ 57 ਸਲੋਕ ਜਿਹੜੇ ਨੇ ਉਹ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਵਿੱਚ ਜੋ ਰਚਿਤ ਕੀਤੀ ਹੋਈ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਜੋ ਭਾਈ ਨੰਦ ਲਾਲ ਦੇ ਬੜੇ ਸੁੰਦਰ ਬਚਨ ਨੇ ਉਹ ਕਹਿੰਦੇ ਨੇ ਹੱਕ ਅੱਜ ਹਮਾ ਬਰ ਗੁਜੀਤ ਗਾਂ ਜਿਦਿਸ ਤਸਲੀਮੋ ਰਜਾਏ ਰਾ ਨਿਕੋ ਸੰਜੀਦਿਸ ਭਾਵ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਨੇ ਜਿਹੜੇ ਚੁਣੇ ਹੋਏ ਸਨ ਉਹਨਾਂ ਦੇ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਚੁਣਿਆ ਅਤੇ ਉਹਨਾਂ ਦੀ ਸਹਿਣਸ਼ੀਲਤਾ ਅਤੇ ਭਾਣੇ ਮੰਨਣ ਨੂੰ ਜਾਚਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਹੋਰ ਵੀ ਜਿਹੜੇ ਅਨੇਕਾਂ ਅਲੱਗ ਅਲੱਗ ਕਵੀਆਂ ਨੇ ਆਪਣੇ ਜਿਹੜੇ ਨੇ ਉਹ ਉਹਨਾਂ ਦੇ ਬਾਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਲਿਖਦੇ ਨੇ ਤੇਗ ਬਹਾਦਰ ਧਰਮ ਧੁਜ ਹਰਤਾ ਤੁਰਕਣ ਮੋਲ ਚਰਨ ਸਰਨ ਤਾਰਨ ਤਰਨ ਨਮੋ ਹੋਏ ਅਨੁਕੂਲ ਗੁਰ ਤੇਗ ਬਹਾਦਰ ਭਇਓ ਨਾਮ ਦ੍ਰਿੜ ਇੱਕ ਮਨ ਕੀਨੋ ਸ਼ਬਦ ਗੁਰੂ ਉਪਦੇਸ਼
ਦਾਨ ਸੰਗਤ ਕੋ ਦੇਨੋ। ਗੁਰੂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਸਭ ਦਾ ਉਪਦੇਸ਼ ਦਿੱਤਾ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਅਨੰਦਪੁਰ ਸਾਹਿਬ ਜਿਸ ਦਾ ਪਹਿਲਾ ਨਾਮ ਮਾਖੋਵਾਲ ਹੈ, ਉਸ ਸਾਰੀ ਧਰਤੀ ਜ਼ਮੀਨ ਮਹਾਰਾਜ ਜੀ ਨੇ ਆਪ ਖਰੀਦ ਕੇ ਉੱਥੇ ਨਗਰ ਵਸਾਇਆ, ਜਿਸ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ। ਔਰੰਗਜ਼ੇਬ ਨੇ ਹਿੰਦੂਆਂ ਨੂੰ ਤੰਗ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਸ਼ੁਰੂ ਕੀਤਾ। ਔਰੰਗਜ਼ੇਬ ਨੇ ਕਸ਼ਮੀਰ ਦੇ ਪੰਡਿਤ ਹੀ ਪਹਿਲਾਂ ਕਿਉਂ ਚੁਣੇ, ਕਸ਼ਮੀਰ ਦੇ ਲੋਕ ਹੀ ਕਿਉਂ ਚੁਣੇ? ਕਿਉਂਕਿ ਇੱਕ ਤਾਂ ਕਸ਼ਮੀਰ ਜਿਹੜਾ ਹੈ ਉਹ ਅਫਗਾਨਿਸਤਾਨ ਦੇ ਨਾਲ ਨੇੜੇ ਹੈ, ਕਿ ਜਦੋਂ ਕੋਈ ਰੌਲਾ ਪਿਆ ਤਾਂ ਜਹਾਦ ਦਾ ਨਾਰਾ ਲਾਵਾਂਗਾ। ਜੇ ਦੂਜਾ ਇਹ ਕਿ ਇਹ ਪੜ੍ਹੇ ਲਿਖੇ ਬੜੇ ਨੇ, ਆਮ ਲੋਕ ਜਿਹੜੇ ਨੇ ਉਹਨਾਂ ਨੂੰ ਇਸਲਾਮ ਦੇ ਵਿੱਚ ਲਿਆਉਣਾ ਬੜਾ ਸੌਖਾ, ਪਰ ਜੇ ਪੜ੍ਹੇ ਲਿਖੇ ਸੱਜਣ, ਆਮ ਆਪਾਂ ਵੇਖਦੇ ਹਾਂ ਜੇ ਪੜ੍ਹੇ ਲਿਖੇ ਸੱਜਣ ਹੀ ਕਿਸੇ ਮੜੀ ਮਸਾਣੀ ਇਤਆਦਿਕ ਤੇ ਜਾਣ ਲੱਗ ਜਾਣ ਤਾਂ ਫਿਰ ਆਮ ਲੋਕਾਂ ਨੂੰ ਤਾਂ ਫਿਰ ਕਿਹੜੀ ਗੱਲ ਰਹਿ ਜਾਂਦੀ। ਜੇ ਇੱਕ ਪੜ੍ਹੇ ਲਿਖੇ ਸੱਜਣ ਇਸਲਾਮ ਦੇ ਵਿੱਚ ਆ ਗਏ ਤਾਂ ਬਾਕੀ ਲੋਕ ਤਾਂ ਆਪਣੇ ਆਪ ਹੀ ਆ ਜਾਣ। ਤਾਂ ਉੱਥੇ ਜਦੋਂ ਜ਼ੁਲਮ ਦੀ ਹਨੇਰੀ ਚੱਲੀ, ਉਹਨਾਂ ਦੇ ਜੰਜੂ ਨੂੰ ਖਤਰਾ ਹੋਇਆ, ਉਹਨਾਂ ਦੀ ਟੋਪੀ ਨੂੰ ਖਤਰਾ ਹੋਇਆ, ਉਹਨਾਂ ਦੇ ਤਿਲਕ ਨੂੰ ਖਤਰਾ ਹੋਇਆ, ਧੋਤੀ ਨੂੰ ਖਤਰਾ ਹੋਇਆ, ਤਾਂ ਉਹਨਾਂ ਨੇ ਉੱਥੋਂ ਦੇ ਜਿਹੜੇ ਪੰਡਿਤ ਸਨ ਉਹ ਅਮਰਨਾਥ ਦੇ ਪੁਜਾਰੀਆਂ ਕੋਲ ਜਾਂਦੇ ਨੇ, ਉੱਥੇ ਆਪਣੀਆਂ ਬੇਨਤੀਆਂ ਕਰਦੇ ਨੇ, ਹੋਰ ਵੀ ਆਪਣਾ ਜ਼ੋਰ ਲਾਉਂਦੇ ਨੇ, ਦੇਖਦੇ ਨੇ ਕੋਈ ਉਹਨਾਂ ਦੀ ਮਦਦ ਕਿਸੇ ਰਾਜਪੂਤ ਰਾਜੇ ਨੇ, ਕਿਸੇ ਪਹਾੜੀ ਰਾਜੇ ਨੇ, ਕਿਸੇ ਹੋਰ ਨੇ, ਉਹਨਾਂ ਦੀ ਮਦਦ ਕਿਸੇ ਨੇ ਨਾ ਕੀਤੀ, ਕਿਸੇ ਬੜੇ ਮਨਾਏ ਪਰ ਕਿਸੇ ਨੇ ਮਦਦ ਨਾ ਕੀਤੀ। ਅਤੇ ਉੱਥੋਂ ਦੇ ਪੁਜਾਰੀਆਂ ਨੇ, ਕਿਉਂਕਿ ਕਿਰਪਾ ਰਾਮ ਦੱਤ ਜਿਹੜਾ ਹੈ, ਇਹਨਾਂ ਦੇ ਜਿਹੜੇ ਬਜ਼ੁਰਗ ਨੇ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਹਿਲਾਂ ਮਟਨ ਦੇ ਵਿੱਚ ਗਏ ਜਦੋਂ, ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਨੇ ਕਿਰਪਾ ਰਾਮ ਦੱਤ। ਇਹ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਕਿਹਾ ਕਿ ਤੁਸੀਂ ਜਿਨ੍ਹਾਂ ਦੇ ਕਹਿਣ 'ਤੇ ਆਪਣੇ ਜੰਝੂ ਲਾਏ ਸਨ ਤੁਸੀਂ ਉਹਨਾਂ ਦੀ ਹੀ ਸ਼ਰਨ ਦੇ ਵਿੱਚ ਜਾਓ। ਫਿਰ ਇਹਨਾਂ ਦਾ ਜਿਹੜਾ ਇੱਕ ਜਿਹੜਾ ਦਸਤਾ ਹੈ, ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦਾ ਹੈ, ਸ੍ਰੀ ਅਨੰਦਪੁਰ ਸਾਹਿਬ ਪਹੁੰਚਦੇ ਨੇ। ਤਾਂ ਉੱਥੇ ਇੱਕ ਕਵੀ ਨੇ ਬੜੇ ਸੁੰਦਰ ਬਚਨ ਲਿਖੇ ਨੇ, ਬਿਪਰ ਥੇ ਕਸ਼ਮੀਰ ਕੇ ਆਏ ਪੂਰੀ ਆਨੰਦ, ਬਾਹਾਂ ਹਮਾਰੀ ਪਕੜੀਏ ਸ੍ਰੀ ਹਰਗੋਬਿੰਦ ਕੇ ਨੰਦ। ਇਹ ਜਿਹੜੇ ਕਸ਼ਮੀਰ ਦੇ ਪੰਡਿਤ ਗੁਰੂ ਪਾਤਸ਼ਾਹ ਦੇ ਕੋਲ ਆਏ, ਆਪਣੀ ਸਾਰੀ ਹਾਲਾਤ ਦੱਸੀ, ਆਪਣਾ ਸਾਰੀ ਜਿਹੜੀ ਵਾਰਤਾ ਸੁਣਾਈ, ਤਾਂ ਫਿਰ ਇਹਨਾਂ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰੋਸਾ ਦਿੱਤਾ, ਵਿਸ਼ਵਾਸ ਦਵਾਇਆ ਕਿ ਤੁਸੀਂ ਐਂ ਕਰੋ, ਜਾ ਕੇ ਗਵਰਨ ਦੇ ਥਰੂ, ਜਿਨ੍ਹਾਂ ਦੇ ਥਰੂ ਤੁਸੀਂ ਉਹਨਾਂ ਤੋਂ ਮੋਹਲਤ ਲੈ ਕੇ ਆਏ ਹੋ, ਉਹਨਾਂ ਦੇ ਥਰੂ ਉਹ ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕਿ ਸਾਡਾ ਆਗੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ
ਜੇ ਉਹ ਇਸਲਾਮ ਦੇ ਵਿੱਚ ਆ ਜਾਣਗੇ, ਅਸੀਂ ਆਪਣੇ ਆਪ ਹੀ ਇਸਲਾਮ ਦੇ ਵਿੱਚ ਆ ਜਾਵਾਂਗੇ। ਇਹ ਜਾਂਦੇ ਨੇ ਤੇ ਜਾ ਕੇ ਆਪਣਾ ਸੁਨੇਹਾ ਗਵਰਨਰ ਦੇ ਥਰੂ, ਉਹ ਔਰੰਗਜ਼ੇਬ ਦੇ ਕੋਲ ਸੁਨੇਹਾ ਜਿਹੜਾ ਉਹ ਪਹੁੰਚ ਜਾਂਦਾ ਹੈ। ਤਾਂ ਫਿਰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪਣੇ ਆਪ ਹੀ ਦੇਖੋ ਚੱਲਦੇ ਨੇ ਉੱਥੋਂ ਸ੍ਰੀ ਅਨੰਦਪੁਰ ਸਾਹਿਬ ਤੋਂ, ਕਿਉਂਕਿ ਸੰਸਾਰ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਜਾਂਦੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ। ਤਾਂ ਪਰਿਵਾਰ ਜਿਹੜਾ ਹੈ ਅਤੇ ਗੁਰਸਿੱਖ ਸੰਗਤਾਂ ਸਤਿਗੁਰੂ ਜੀ ਨੂੰ ਵਿਦਾ ਕਰਨ ਆਉਂਦੀਆਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ, ਮਾਤਾ ਨਾਨਕੀ ਜੀ ਵੀ ਆਉਂਦੇ ਨੇ, ਸਪੁੱਤਰ ਗੋਬਿੰਦ ਰਾਏ ਵੀ ਆਉਂਦੇ ਨੇ ਤੇ ਮਾਤ ਗੁਜਰੀ ਜੀ ਵੀ ਆਉਂਦੇ ਨੇ। ਸਭਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਵਸ ਭੇਜ ਦਿੱਤਾ। ਤਾਂ ਫਿਰ ਉੱਥੇ ਜਿਹੜੀ ਵਾਰਤਾ ਕਹਿੰਦੇ ਹੋਏ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੋਬਿੰਦ ਰਾਏ ਜੀ ਨੇ ਨਮਸਕਾਰ ਕੀਤੀ, ਮਾਤ ਗੁਜਰੀ ਜੀ ਨੇ ਵੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਪੁਰਸ਼ੋਤਮ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ ਤੇ ਜਦੋਂ ਸੇਵਾ ਪੁੱਛੀ, ਕਹਿੰਦੇ ਜਿਸ ਤਰ੍ਹਾਂ ਦਾ ਚਿਹਰਾ ਹੱਸਦਾ ਲੈ ਕੇ ਜਾ ਰਹੇ ਹੋ, ਇਸੇ ਤਰ੍ਹਾਂ ਦਾ ਚਿਹਰਾ ਕਹਿੰਦੇ ਦੁਬਾਰਾ ਹੱਸਦਾ ਹੀ ਆਵੇ। ਤਾਂ ਇਸੇ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਆਉਂਦਾ ਹੈ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦੇ ਲੋਕਾਂ ਦਾ ਉਧਾਰ ਕਰਦੇ ਹੋਏ ਜਾਂਦੇ ਨੇ। ਇਹਨਾਂ ਨੂੰ ਆਗਰੇ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਕਹਿੰਦੇ ਉਹਨਾਂ ਨੂੰ ਵਹਿਮ ਪਾ ਦੇ ਕੇ ਇੱਥੇ ਭੂਤਾਂ ਵਾਲੀ ਹਵੇਲੀ ਹੈ ਉਸ ਦੇ ਵਿੱਚ ਰੱਖਿਆ ਜਾਂਦਾ ਹੈ, ਪਰ ਜਦੋਂ ਵੇਖਿਆ ਤਾਂ ਉੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਟਹਿਲਦੇ ਨੇ ਜਿਸ ਤਰ੍ਹਾਂ ਕਿਸੇ ਬਾਗ ਦੇ ਵਿੱਚ ਟਹਿਲਦੇ ਹੋਣ। ਉਹਨਾਂ ਨੂੰ ਇਹ ਸੀ ਕਿ ਡਰਦੇ ਮਾਰੇ ਕਿਤੇ ਇਸਲਾਮ ਧਾਰਨ ਕਰ ਲੈਣ। ਹਰ ਤਰ੍ਹਾਂ ਦੇ ਜਿਹੜੇ ਉਹ ਤਰੀਕੇ ਵਰਤਦੇ ਨੇ। ਤਾਂ ਫਿਰ ਅਗਲੇ ਦਿਨ ਉਹਨਾਂ ਨੇ ਸਤਿਗੁਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਉਸ ਪਿੰਜਰੇ ਦੇ ਅੰਦਰ ਕੈਦ ਕਰਦੇ ਨੇ, ਜਿਸ ਪਿੰਜਰੇ ਦੇ ਵਿੱਚ ਨਾ ਹੀ ਬੈਠ ਸਕਦੇ ਨੇ, ਨਾ ਢੋਲ ਲਾ ਸਕਦੇ, ਨਾ ਅੱਗੇ ਨਾ ਪਿੱਛੇ, ਨਾ ਸੱਜੇ ਨਾ ਖੱਬੇ, ਹਰ ਪਾਸੇ ਉਸਦੇ ਸੋਏ ਲੱਗੇ ਹੋਏ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਪਿੰਜਰੇ ਦੇ ਵਿੱਚ ਉਹਨਾਂ ਨੂੰ ਕੈਦ ਕਰਦੇ ਨੇ ਤੇ 10 ਨਵੰਬਰ 1675 ਈਸਵੀ ਨੂੰ ਜਿਹੜੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਨੇ ਨਾਲ ਭਾਈ ਮਤੀ ਦਾਸ ਜੀ, ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਨੇ ਕਿ ਕੋਈ ਕਰਾਮਾਤ ਦਿਖਾਓ, ਕਮਾਲੇ ਕਰਾਮਾਤ ਦਿਖਾਓ, ਜਾਂ ਇਸਲਾਮ ਧਾਰਨ ਕਰ ਲਿਓ ਜਾਂ ਫਿਰ ਕਤਲ ਹੋਣ ਦੇ ਵਾਸਤੇ ਤਿਆਰ ਹੋ ਜਾਓ। ਭਾਈ ਮਤੀ ਦਾਸ ਜੀ ਜੋ ਦੀਵਾਨ ਨੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਕਹਿੰਦੇ ਨਾ ਤੇ ਅਸੀਂ ਕਰਾਮਾਤ ਦਿਖਾ ਸਕਦੇ ਹਾਂ, ਨਾ ਹੀ ਇਸਲਾਮ ਧਾਰਨ ਕਰਨਾ ਹੈ, ਕਤਲ ਹੋਣ ਵਾਸਤੇ ਅਸੀਂ ਤਿਆਰ ਹਾਂ। ਤਾਂ ਉਹਨਾਂ ਨੂੰ
ਸਭ ਤੋਂ ਪਹਿਲਾਂ ਚਾਂਦਨੀ ਚੌਂਕ ਦੇ ਅੰਦਰ ਦੋ ਲੱਕੜਾਂ ਦੇ ਵਿੱਚ ਚੰਗੀ ਤਰ੍ਹਾਂ ਜਕੜ ਕੇ, ਦੋ ਫੱਟਿਆਂ ਦੇ ਵਿੱਚ ਜਕੜ ਕੇ, ਆਰਾ ਜਿਹੜਾ ਹੈ ਉਸ ਆਰੇ ਨਾਲ ਭਾਈ ਮਤੀ ਦਾਸ ਜੀ ਦਾ ਜਿਹੜਾ ਸਰੀਰ ਹੈ ਉਸ ਨੂੰ ਚੀਰਦੇ ਨੇ। ਇੱਛਾ ਪੁੱਛਦੇ ਨੇ, ਆਖਰੀ ਕੋਈ ਇੱਛਾ ਹੋਵੇ। ਭਾਈ ਮਤੀ ਦਾਸ ਜੀ ਕਹਿੰਦੇ ਨੇ, ਇੱਕ ਤਾਂ ਜਿਹੜਾ ਮੇਰਾ ਮੋਹ ਹੈ ਉਹ ਮੇਰੇ ਗੁਰੂ ਵੱਲ, ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਕਰ ਦਿਓ, ਦੂਜਾ ਮੈਂ ਜਪਜੀ ਸਾਹਿਬ ਦਾ ਪਾਠ ਜਿਹੜਾ ਉਹ ਸ਼ੁਰੂ ਕਰਾਂਗਾ, ਤੁਸੀਂ ਆਪਣੇ ਆਰਿਆਂ ਨੂੰ ਤਿੱਖਾ ਕਰੋ। ਅਤੇ ਇੱਕ ਇਹ ਵੀ ਖਿਆਲ ਰੱਖਿਆ ਜੀ, ਕਹਿੰਦੇ ਤੁਸੀਂ ਜਦੋਂ ਮੇਰੇ ਸਰੀਰ 'ਤੇ ਆਰਾ ਚਲਾਉਣਾ ਜ਼ਰਾ ਸਿੱਧਾ ਚਲਾਇਓ, ਕਿਉਂਕਿ ਲੱਕੜਾਂ ਜਿਹੜੀ ਹੈ ਉਹ ਸਿੱਧੀ ਚੀਰਦੇ ਸੀ, ਇਹ ਮੇਰੇ ਸਰੀਰ 'ਤੇ ਵੀ ਕਹਿੰਦੇ ਸਿੱਧਾ ਆਰਾ ਚਲਾਇਓ ਤਾਂ ਜੋ ਬਰਾਬਰ ਜਿਹੜਾ ਸਰੀਰ ਦੋਨੋਂ ਪਾਸੋਂ ਫਟੇ। ਕਹਿੰਦੇ ਲੱਕੜ 'ਤੇ ਕੋਈ ਕੰਮ ਆਉਂਦੇ, ਤੇਰਾ ਸਰੀਰ ਫਟਿਆ ਕੀ ਕੰਮ ਆਏਗਾ? ਕਿਉਂ? ਕਹਿੰਦੇ ਐਸਾ ਨਾ ਹੋਵੇ ਕਿ ਸੰਸਾਰ ਦੇ ਲੋਕ ਇਹ ਕਹਿਣ ਕਿ ਮਤੀ ਦਾਸ ਡੋਲ ਗਿਆ, ਹਿੱਲ ਗਿਆ ਤੁਹਾਡੇ ਉਸ ਆਰੇ ਤੋਂ ਡਰਦੇ। ਭਾਈ ਮਤੀ ਦਾਸ ਜੀ ਨੇ ਬਾਬਾ ਕਬੀਰ ਜੀ ਦੇ ਉਹਨਾਂ ਬਚਨਾਂ ਦੀ ਜਿਹੜੀ ਹੈ ਉਹ ਪ੍ਰੈਕਟੀਕਲ ਤੌਰ 'ਤੇ ਅਰਥ ਕਰਕੇ ਦਿਖਾਏ। ਅੱਖਰੀ ਅਰਥ ਤਾਂ ਕਰਦੇ ਨੇ, ਬੜੇ ਵਿਦਵਾਨ ਕਰਦੇ ਨੇ, ਪਰ ਜੋ ਪ੍ਰੈਕਟੀਕਲ ਤੌਰ 'ਤੇ ਭਾਈ ਮਤੀ ਦਾਸ ਜੀ ਉਹਨਾਂ ਸ਼ਬਦਾਂ ਦੇ ਅਰਥ ਕਰਦੇ ਨੇ, ਕਰਵਤ ਭਲਾ ਨਾ ਕਰਵਟ ਤੇਰੀ। ਕਹਿੰਦੇ ਮੈਨੂੰ ਆਰਾ ਭਲਾ ਹੈ ਪਰ ਪਿੱਠ ਨਹੀਂ ਮੈਨੂੰ ਚੰਗੀ ਲੱਗਦੀ, ਲਾਗ ਗਲੇ ਸੁਣ ਬੇਨਤੀ ਮੇਰੀ। ਉਸ ਦੇ ਪ੍ਰੈਕਟੀਕਲ ਤੌਰ 'ਤੇ ਅਰਥ ਜਦੋਂ ਵੇਖਣੇ ਹੁਣ ਤਾਂ ਭਾਈ ਮਤੀ ਦਾਸ ਜੀ ਕਰਦੇ ਨੇ। ਅਤੇ ਇੱਕ ਕਵੀ ਦੇ ਬੜੇ ਸੁੰਦਰ ਬਚਨ ਨੇ, ਭਾਈ ਮਤੀ ਦਾਸ ਜੀ ਜਦੋਂ ਉਸ ਪਰਮੇਸ਼ਵਰ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜਿਹੜੀ ਉਹ ਆਰੰਭ ਕਰਦੇ ਨੇ, ਇੱਧਰ ਜਲਾਦ ਜਿਹੜੇ ਨੇ ਉਹ ਆਰਾ ਚਲਾਉਂਦੇ ਨੇ। ਕਵੀ ਦੇ ਬੜੇ ਸੁੰਦਰ ਕਾਬਲੇ ਗੋਲ ਬੋਲ ਨੇ, ਕਹਿੰਦੇ ਅਰਧੋ ਉਰਧ ਚਰਾਇਓ ਸੋ ਡਾਰਾ, ਪਰਿਓ ਪ੍ਰਿਥੀ ਪਰ ਹਵੈ ਦੋ ਫਾਰਾ, ਦੋਨੋਂ ਤਣ ਤੇ ਜਪ ਜੀ ਪੜੇ, ਹੇਰਤ ਸਬਸ ਕੇ ਅਚਰਜ ਬੜੇ। ਕਹਿੰਦੇ ਸਰੀਰ ਦੇ ਦੋ ਟੁਕੜੇ ਹੋ ਗਏ, ਇੱਕ ਟੁਕੜਾ ਸੱਜੇ ਪਾਸੇ ਡਿੱਗਦਾ ਹੈ, ਦੂਜਾ ਟੁਕੜਾ ਖੱਬੇ ਪਾਸੇ ਡਿੱਗਦਾ ਹੈ, ਪਰ ਉਸ ਤਣ ਦੇ ਵਿੱਚੋਂ, ਦੋਨਾਂ ਦੇ ਵਿੱਚੋਂ ਉਸ ਪਰਮੇਸ਼ਵਰ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਦਾ ਸੰਪੂਰਨ ਪਾਠ ਭਾਈ ਮਤੀ ਦਾਸ ਜੀ ਕਰਦੇ ਨੇ। ਜਿਤਨਾ ਚਿਰ ਕਹਿੰਦੇ ਨੇ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਜਦੋਂ ਇੰਨੀ ਸੰਪੂਰਨਤਾ ਨਹੀਂ ਹੋਈ ਉਨਾ ਚਿਰ ਭਾਈ ਮਤੀ ਦਾਸ ਜੀ ਦਾ ਜਿਹੜਾ ਸਰੀਰ ਉਹ ਸ਼ਾਂਤ ਨਹੀਂ ਹੋਇਆ। ਪੂਰੀ ਜਪਜੀ ਸਾਹਿਬ ਸੰਪੂਰਨ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੇ ਅਮਿਤਲ। ਭਾਈ ਦਿਆਲਾ ਜੀ ਦੀ ਵਾਰੀ ਆਉਂਦੀ ਹੈ, ਉਹਨਾਂ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਂਦਾ। ਦੇਗ ਦੇ ਵਿੱਚ ਜਦੋਂ ਉਬਾਲਣ ਲੱਗਦੇ ਨੇ, ਭਾਈ ਦਿਆਲਾ ਜੀ ਅਰਦਾਸ ਬੇਨਤੀ ਕਰਦੇ ਨੇ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜਵੇਂ ਜਾਮੇ ਦੇ ਅੰਦਰ ਤੁਸੀਂ ਆਪ ਦੇਗ ਦੇ ਵਿੱਚ ਉਬਾਲੇ ਖਾ ਲਏ ਨੇ, ਹੁਣ ਸਿੱਖ ਨੂੰ ਵੀ ਸੱਚੇ ਪਾਤਸ਼ਾਹ ਉਹ ਸਮਰੱਥਾ, ਉਹ ਬਲ, ਉਹ ਤਾਕਤ ਬਖਸ਼ੋ ਦਾਤਾ ਜੀ, ਤਾਂ ਜੋ ਮੈਂ ਵੀ ਕਿਤੇ ਡੋਲ ਨਾ ਜਾਵਾਂ। ਭਾਈ ਦਿਆਲਾ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੰਦੇ ਨੇ। ਇਹ ਸਾਰੇ ਜਿਹੜੇ ਨੇ ਸ਼ਹੀਦੀਆਂ ਜਿਹੜੀਆਂ ਨੇ ਗੁਰਸਿੱਖਾਂ ਦੀ,
ਇਸ ਕਰਕੇ ਕਰਦੇ ਨੇ, ਕਿਤੇ ਡਰ ਦੇ ਨਾਲ, ਕਿਤੇ ਖੌਫ ਦੇ ਨਾਲ, ਕਿਤੇ ਭੈ ਦੇ ਨਾਲ, ਜੋ ਤਿਲਕ ਜੰਝੂ ਦਏ ਰਾਖੇ ਵਾਸਤੇ ਬਣ ਕੇ ਆਏ ਨੇ, ਢਾਲ ਬਣ ਕੇ ਆਏ ਨੇ, ਕਿਤੇ ਉਹ ਡੋਲ ਕੇ, ਕਿਤੇ ਆਪਣਾ ਜਿਹੜਾ ਦੀਨ ਇਸਲਾਮ ਜਿਹੜਾ ਉਹ ਕਬੂਲ ਕਰ ਲੈਣ। ਵਾਰੀ ਆਉਂਦੀ ਹੈ ਭਾਈ ਸਤੀ ਦਾਸ ਦੀ, ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਬੰਨ ਕੇ, ਪੂਰਾ ਸਰੀਰ 'ਤੇ ਰੂੰ ਮੜ ਕੇ ਅੱਗ ਲਾ ਦਿੰਦੇ ਨੇ, ਰੂਹ ਵਿੱਚ ਬੰਨ ਕੇ ਸਾੜ ਦਿੰਦੇ ਨੇ। ਅਤੇ ਉਸ ਦਿਨ 10 ਨਵੰਬਰ ਨੂੰ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਪਿਟਾਇਆ ਜਾਂਦਾ ਹੈ ਕਿ ਕੱਲ੍ਹ ਜਿਹੜਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸ਼ਹੀਦ ਕਰਨਾ। ਉਸ ਵੇਲੇ ਔਰੰਗਜ਼ੇਬ ਕਹਿੰਦੇ ਉੱਥੇ ਨਹੀਂ, ਪਰ ਹੁਕਮ ਜਿਹੜਾ ਹੈ ਉਹ ਔਰੰਗਜ਼ੇਬ ਦਾ ਹੀ ਹੈ। ਤੋ ਗੁਰੂ ਪਿਆਰਿਓ, ਉਸ ਵੇਲੇ ਉੱਥੋਂ ਦਾ ਕੋਤਵਾਲ ਅਬਦੁੱਲਾ ਕਾਜ਼ੀ ਨਾਲ ਖੜਾ ਹੈ, ਅਤੇ ਜਲਾਦ ਜਿਹੜਾ ਹੈ ਜਲਾਲੂਦੀਨ ਉਹ ਵੀ ਖੜਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਇੱਛਾ ਪੁੱਛੀ ਜਾਂਦੀ ਹੈ। ਮਹਾਰਾਜ ਜੀ ਨੇ ਉਸ ਇਤਿਹਾਸਕ ਖੂਹੀ ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਨ ਦਾ ਆਖਰੀ ਇਸ਼ਨਾਨ ਕੀਤਾ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਕੇ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਜੋ ਅਗੰਮੀ ਜੋਤ ਮਹਾਰਾਜ ਜੀ ਦੀ ਹੈ, ਪਰਮੇਸ਼ਵਰ ਦੀ ਪਵਿੱਤਰ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਪੜ੍ਹਦੇ ਨੇ। ਜਲਾਦ ਜਲਾਲੂਦੀਨ ਤੇਗ ਲੈ ਕੇ ਸਾਹਮਣੇ ਖੜਾ ਹੈ, ਉਹਨਾਂ ਦੀ ਜਿਹੜੀ ਤੇਗ ਹੈ ਉਸ ਤੇਗ ਨੂੰ ਜਲਾਲੂਦੀਨ ਕਹਿੰਦਾ ਮੇਰੀ ਤੇਗ ਦਾ ਵਾਰ ਕਦੇ ਖਾਲੀ ਨਹੀਂ ਜਾਂਦਾ, ਬੜਾ ਸੂਰਮਾ ਹੈ। ਕਾਜੀ ਕਹਿੰਦਾ ਮੇਰੇ ਬੋਲ ਵੀ ਕਦੇ ਅਟਕਦੇ ਨਹੀਂ, ਅਸੀਂ ਖਾੜਦਾ ਨਹੀਂ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਵੀ ਖਾਣਦਾਨੀ ਹਾਂ, ਸਾਡੇ ਵੀ ਦਾਦਾ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਵੀ ਸ਼ਹੀਦੀ ਪਾਈ। ਇਤਿਹਾਸ ਦੇ ਅੰਦਰ ਇਹ ਦੋ ਗੁਰੂ ਸਾਹਿਬਾਨ ਆਪਣੇ ਆਪ ਕਤਲਗਾਹ ਦੇ ਵਿੱਚ ਜਾਂਦੇ ਨੇ। ਇਹ ਪਹਿਲੀ ਵਾਰੀ ਹੋਇਆ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜਿਹੜੇ ਨੇ ਉਹ ਉਸ ਕਤਲਗਾਹ ਦੇ ਵਿੱਚ ਆਪ ਕਤਲ ਹੋਣ ਜਾਂਦੇ ਨੇ। ਹੁਣ ਜਲਾਲੂਦੀਨ ਜਿਹੜਾ ਹੈ ਉਹ ਤੇਗ ਲੈ ਕੇ ਖੜਾ ਹੈ। ਇੱਕ ਬੜੇ ਸੁੰਦਰ ਕਵੀ ਉਹਨਾਂ ਨੇ ਉਹਨਾਂ ਆਪਣੇ ਖਿਆਲ ਪ੍ਰਗਟ ਕੀਤੇ ਨੇ, ਬੜੇ ਸੁੰਦਰ ਬਚਨ ਨੇ ਉਹਨਾਂ ਨੇ ਲਿਖਿਆ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੋਂ ਵੀ ਇੱਕ ਦੋ ਨੀ ਪਰਖ ਲੈ ਸੋ ਤੇਗਾ, ਮੈਨੂੰ ਲਖ ਪਹਿ ਤੇਗ ਬਹਾਦਰੀ ਦਾ ਮੇਰੇ ਸਾਹਵੇਂ ਨੀ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਪਿਤਾ ਦੀ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਸੀ ਤੇਰਾ ਪਿਓ ਤੇਗਾਂ, ਹੁਣ ਵੇਖੀ ਆਉਂਦੇ ਭਵਿੱਖ ਦੇ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾਂ, ਉਹਦੀ ਤੇਗ ਦੇ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗ ਤੇਰੀਆਂ ਖੋ ਤੇਗਾਂ। ਤੋ ਇਸ ਤਰ੍ਹਾਂ ਫਿਰ ਉਸ ਜਿਹੜਾ ਜਲਾਲੂਦੀਨ ਜਿਹੜਾ ਜਲਾਦ ਹੈ ਉਸ ਨੇ ਆਪਣੀ ਤੇਗ ਦਾ ਵਾਰ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਹੈ
ਸੀਸ ਧੜ ਦੇ ਨਾਲੋਂ ਵੱਖ ਕਰ ਦਿੱਤਾ। ਉਸ ਸਮੇਂ ਫਿਰ ਉਸ ਸੀਸ ਨੂੰ ਕਹਿੰਦੇ ਐਸੀ ਪਰਮੇਸ਼ਵਰ ਦੀ ਨੇਤ ਹੋਈ। ਉੱਥੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੀ ਹਨੇਰੀ ਚੱਲੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਸੀਸ ਸੀ ਉਹ ਭਾਈ ਜੈਤਾ ਜੀ ਆਪਣੇ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਆਪਣੇ ਸੀਨੇ ਦੇ ਨਾਲ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਤੁਰਦੇ ਨੇ ਅਤੇ ਉਹ ਜਿਹੜੀ ਧੜ ਸੀ ਉਹ ਉੱਥੇ ਦਾ ਲੱਖੀ ਸਾਹਿਬ ਵਣਜਾਰਾ ਉਸ ਨੇ ਆਪਣੇ ਗੱਡਿਆਂ ਦੇ ਵਿੱਚ ਰੱਖ ਕੇ ਆਪਣੇ ਘਰ ਨੂੰ ਅੱਗ ਲਾ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਧੜ ਦਾ ਸਸਕਾਰ ਕੀਤਾ। ਬਾਹਰ ਆ ਕੇ ਅੱਖਾਂ ਦੇ ਵਿੱਚ ਅੱਥਰੂ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਕੇ ਬੈਰਾਗ ਦੇ ਵਿੱਚ ਇਸ ਕਰਕੇ ਇਨਕੇ ਘਰ ਨੂੰ ਅੱਗ ਲੱਗੇ। ਲੋਕ ਵੇਖਦੇ ਨੇ ਲੋਕਾਂ ਦੇ ਭਾਵੇਂ ਲੱਖੀ ਸਾਹਿਬ ਵਣਜਾਰਾ ਇਸ ਕਰਕੇ ਰੋ ਰਿਹਾ ਹੈ ਕਿ ਇਸ ਦੇ ਘਰ ਨੂੰ ਅੱਗ ਲੱਗ ਗਈ। ਪਰ ਲੱਖੀ ਸਾਹਿਬ ਵਣਜਾਰੇ ਦਾ ਘਰ ਅੱਜ ਸੱਚੇ ਪਾਤਸ਼ਾਹ ਦੀ ਦਇਆ ਮਾਇਆ ਦੇ ਨਾਲ ਸਫਲ ਹੋ ਗਿਆ। ਦੁਨੀਆਂ ਦੇ ਅੰਦਰ ਬੜੇ ਤਨਾਲ ਹੋਣੇ ਨੇ, ਬੜੀ ਪ੍ਰੋਪਰਟੀ ਜ਼ਮੀਨ ਜਾਇਦਾਦਾਂ ਬੜੇ ਬੰਗਲੇ ਹੋਣੇ ਨੇ ਲੋਕਾਂ ਕੋਲ, ਉਹ ਇੱਥੇ ਹੀ ਛੱਡ ਕੇ ਤੁਰ ਜਾਂਦੇ ਨੇ। ਪਰ ਲੱਖੀ ਸਾਹਿਬ ਵਣਜਾਰੇ ਦਾ ਘਰ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਹੈ, ਉਹ ਰਹਿੰਦੀ ਦੁਨੀਆ ਦੇ ਤੱਕ ਉੱਥੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਚੱਲਦੀ ਰਹਿੰਦੀ। ਲੱਖੀ ਸਾਹਿਬ ਵਣਜਾਰਾ ਆਪਣਾ ਜਿਹੜਾ ਉਹ ਘਰ ਨੂੰ ਉਸ ਨੂੰ ਸਫਲ ਕਰ ਗਿਆ, ਉਸ ਬੰਗਲੇ ਨੂੰ ਸਫਲ ਕਰ ਗਿਆ, ਉਸ ਨੂੰ ਰਕਾਬਗੰਜ ਦਾ ਖਿਤਾਬ ਮਿਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਦਇਆ ਮਿਆ ਹੋਈ ਉੱਥੇ। ਤਾਂ ਫਿਰ ਜਿਹੜਾ ਇੱਧਰ ਭਾਈ ਜੈਤਾ ਜੀ ਉਹ ਪੜਾਅ ਦਰ ਪੜਾਅ ਕਰਦਾ, ਕਹਿੰਦੇ ਸਭ ਤੋਂ ਪਹਿਲਾਂ ਪੜਾਅ ਬਾਗਬਟ ਕਰਦੇ ਨੇ, ਦੂਜਾ ਪੜਾਅ ਤਿਰਾਵੜੀ ਦੇ ਅੰਦਰ ਕਰਦੇ ਨੇ, ਜਿੱਥੇ ਧੋਬੀ ਇੱਕ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਭਾਵਨਾ ਦੇ ਨਾਲ ਸੋਧਦਾ ਹੈ ਕਿ ਦਾਤਾ ਜੀ ਕਦੇ ਦਇਆ ਮਇਆ ਹੋਏ, ਕਿਰਪਾ ਹੋਏ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੁਬਾਰਕ ਚੰਨ ਮੇਰੇ ਘਰ ਦੇ ਵਿੱਚ ਪੈ ਜਾਣ, ਮੇਰੀ ਕੁੱਲੀ ਦੇ ਵਿੱਚ ਪੈ ਜਾਣ, ਕਿੰਨਾ ਵਡਭਾਗਾ ਹੋਵਾਂਗਾ। ਅੱਜ ਭਾਈ ਜੈਤਾ ਜੀ ਤਰਾਵੜੀ ਦੇ ਅੰਦਰ ਸ਼ਾਮਾ ਪੈ ਗਿਆ ਨੇ, ਉਹ ਛੱਪੜ 'ਤੇ ਜਿੱਥੇ ਕੱਪੜੇ ਤੋਰੇ ਨੇ ਉੱਥੇ ਝਾੜੀਆਂ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਆਪ ਨੂੰ ਓਹਲਾ ਕਰਨਾ ਚਾਹੁੰਦੇ ਨੇ। ਪਰ ਉਸ ਧੋਬੀ ਨੇ ਵੇਖਿਆ, ਕਹਿੰਦੇ ਕੌਣ ਹੈ ਭਾਈ ਤੂੰ? ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ। ਕਹਿੰਦੇ ਮੈਂ ਵੀ ਗੁਰੂ ਨਾਨਕ ਦਾ ਸਿੱਖ ਹਾਂ, ਮੈਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸਿੱਖ ਹਾਂ। ਭਾਈ ਜੈਤਾ ਜੀ ਨੂੰ ਆਪਣੇ ਘਰ ਲੈ ਜਾਂਦੇ ਨੇ, ਆਪਣੇ ਘਰ ਲੈ ਜਾ ਕੇ ਅਤੇ ਭਾਈ ਜੈਤਾ ਜੀ ਉਸ ਜਿਹੜੇ ਕੱਪੜੇ ਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਸੀਸ ਲਪੇਟਿਆ ਹੋਇਆ ਹੈ, ਉਸ ਨੇ ਆਓ ਬੈਠ ਵਾਸਤੇ ਆਪਣੀ ਮੰਜੀ ਡਾਹੀ, ਕੱਪੜਾ ਵਿਛਾਇਆ, ਬਸਤਰ ਵਿਛਾਏ। ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੀਸ ਜਿਹੜਾ ਸੀ ਉਹ ਮੰਜੀ 'ਤੇ ਰੱਖ ਕੇ ਭਾਈ ਜੈਤਾ ਜੀ ਹੇਠਾਂ ਬੈਠ ਗਏ। ਉਹ ਪਾਣੀ ਇਤ ਆਦਿਕ ਜਦੋਂ ਲੈ ਕੇ ਆਏ ਤਾਂ ਕਿਹਾ ਮੈਂ ਤਾਂ ਤੁਹਾਡੇ ਵਾਸਤੇ ਇਹ ਮੰਜੀ ਡਾਹੀ ਸੀ। ਕਹਿੰਦੇ ਨਹੀਂ, ਮੈਂ ਤਾਂ ਹੇਠਾਂ ਹੀ ਠੀਕ ਹਾਂ।
ਫਿਰ ਜਦੋਂ ਉਹਨਾਂ ਨੂੰ ਦਰਸ਼ਨ ਕਰਾਏ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਅੱਜ ਕਿਹੜੇ ਰੂਪ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਦੀਦਾਰੇ ਦਿੱਤੇ ਨੇ, ਸੱਚੇ ਪਾਤਸ਼ਾਹ ਜੀ ਤੁਸੀਂ ਕਿਹੜੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਨੇ? ਤਾਂ ਉਹ ਫਿਰ ਕਹਿੰਦੇ ਸਾਰੀ ਰਾਤ ਉਹ ਧੋਬੀ ਅਤੇ ਉਸਦੇ ਘਰ ਵਾਲੀ ਦੋਨੋਂ ਜਣੇ ਇੱਕ ਡੰਡੇ ਨੂੰ ਕੱਪੜਾ ਬੰਨ੍ਹ ਕੇ ਦੋਨੋਂ ਜਣੇ ਸਾਰੀ ਰਾਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ 'ਤੇ ਚਵਰ ਕਰਦੇ ਨੇ। ਤਾਂ ਫਿਰ ਉੱਥੋਂ ਚੱਲ ਕੇ ਭਾਈ ਜੈਤਾ ਜੀ ਉਹਨਾਂ ਨੇ ਇੱਕ ਜਿਹੜੀ ਹੈ ਦੁਸਾਲਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟਾ ਕੀਤਾ ਅਤੇ ਉਸ ਦੁਸਾਲੇ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸੀਸ ਲੈ ਕੇ ਅੰਬਾਲਾ ਆਉਂਦੇ ਨੇ। ਅੰਬਾਲਾ ਜਿਹੜਾ ਹੈ ਉਹ ਮਾਦਰੀ ਮੁਹੱਲਾ ਟੰਗਜੀ ਦੇ ਕੋਲ ਉੱਥੇ ਆਉਂਦੇ ਨੇ। ਉਸ ਤੋਂ ਬਾਅਦ ਨਾਡਾ ਸਾਹਿਬ ਆਉਂਦੇ ਨੇ ਜਿੱਥੇ ਦਰਗਾਹੀ ਸਾਹਿਬ ਫਕੀਰ ਉਮੀਰ ਉਮਰ ਜਿਹੜੀ ਬੜੀ ਵੱਡੀ ਹੋ ਗਈ ਉਹ ਵੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੈ ਕਿ ਉਮਰ ਵੱਡੀ ਵਡੇਰੀ ਹੋ ਗਈ, ਪਤਾ ਨਹੀਂ ਇਹ ਸਰੀਰ ਦਾ ਜਿਹੜਾ ਹੈ ਕਦੋਂ ਜਿਹੜਾ ਇਹ ਤੁਰ ਜਾਣਾ ਇਸ ਦੁਨੀਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀਦਾਰ ਬਖਸ਼ ਮਹਾਰਾਜ ਜੀ ਨੇ ਉੱਥੇ ਵੀ ਉਹਦੇ ਵੀ ਸਿੱਖ ਦੀ ਭਾਵਨਾ ਪੂਰੀ ਕੀਤੀ। ਅਤੇ ਦਰਗਾਹੀ ਸਾਹਿਬ ਫਕੀਰ ਕਹਿੰਦਾ ਕਿ ਮੁਗਲਾਂ ਨੇ ਆਪਣੀ ਇਹ ਕੰਮ ਕਰਕੇ ਜੜ੍ਹਾਂ ਪੁੱਟ ਲਈਆਂ। ਤਾਂ ਉੱਥੋਂ ਫਿਰ ਭਾਈ ਜੈਤਾ ਜੀ ਉਸੇ ਸੀਸ ਨੂੰ ਲੈ ਕੇ ਕੀਰਤਪੁਰ ਸਾਹਿਬ ਜਾਂਦੇ ਨੇ। ਉੱਥੋਂ ਪਰਿਵਾਰ ਆਉਂਦਾ ਹੈ, ਗੋਬਿੰਦ ਰਾਏ ਜੀ ਆਉਂਦੇ ਨੇ, ਮਾਤ ਗੁਜਰੀ ਆਉਂਦੀ ਹੈ, ਮਾਤ ਨਾਨਕੀ ਜੀ ਵੀ ਆਉਂਦੇ ਨੇ। ਤਾਂ ਸਾਰੇ ਫਿਰ ਉਸ ਸੀਸ ਦੇ ਜਿਹੜੇ ਨੇ ਦਰਸ਼ਨ ਕਰਦੇ ਨੇ ਅਤੇ ਉੱਥੇ ਪਾਲਕੀ ਦੇ ਵਿੱਚ ਲੈ ਕੇ ਸਿੱਖ ਸੰਗਤਾਂ ਦੇ ਨਾਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 17 ਨਵੰਬਰ 1675 ਨੂੰ ਅਨੰਦਪੁਰ ਸਾਹਿਬ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਦਾ ਜਿਹੜਾ ਉਹ ਸੰਸਕਾਰ ਕਰਦੇ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੈਤਾ ਜੀ ਨੂੰ ਖਿਤਾਬ ਦਿੱਤਾ ਰੰਗਰੇਟੇ ਗੁਰੂ ਕੇ ਬੇਟੇ, ਅਤੇ ਉਹਨਾਂ ਨੂੰ ਖਿਤਾਬ ਦੇ ਕੇ ਆਪਣੇ ਗਲੇ ਦੇ ਨਾਲ ਲਾਇਆ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਅਨੋਖੀ ਸ਼ਹਾਦਤ ਹੈ। ਦੇਖੋ ਆਪਣੇ ਧਰਮ ਦੇ ਵਾਸਤੇ ਨਹੀਂ, ਮਹਾਰਾਜ ਜੀ ਦੇਖੋ ਫੁਰਮਾਨ ਕਰਦੇ ਨੇ ਗੁਰੂ ਤੇਗ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਤਿਲਕ ਜੰਝੂ ਰਾਖਾ ਪ੍ਰਭ ਤਾਕਾ ਤਾਕਤ ਉਹਨਾਂ ਦਾ ਕਹਿੰਦੇ ਉਹਨਾਂ ਦੀ ਤਿਲਕ ਵਾਸਤੇ, ਉਹਨਾਂ ਦੀ ਟੋਪੀ ਵਾਸਤੇ, ਉਹਨਾਂ ਦੇ ਜੰਝੂ ਵਾਸਤੇ, ਉਹਨਾਂ ਦੀ ਧੋਤੀ ਵਾਸਤੇ, ਉਹਨਾਂ ਦੇ ਦਿਵਾਲੇ ਵਾਸਤੇ, ਉਹਨਾਂ ਦੇ ਸਵਾਲੇ ਵਾਸਤੇ, ਉਹਨਾਂ ਦੀ ਆਰਤੀ ਵਾਸਤੇ, ਤਾਕਾ ਉਹਨਾਂ ਦਾ ਆਪਣਾ ਨਹੀਂ, ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਿਲਕ ਜਿਸ ਜੰਝੂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉਣ ਤੋਂ ਇਨਕਾਰ ਕਰਦੇ ਨੇ, ਅਤੇ ਧਰਮ ਦੀ ਆਜ਼ਾਦੀ ਦੇ ਵਾਸਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਬਲੀਦਾਨ ਦੇ ਦਿੰਦੇ ਨੇ। ਉਹਨਾਂ ਦੇ ਜੰਝੂ ਦੇ ਰਾਖੇ, ਤਿਲਕ ਦੇ ਰਾਖੇ, ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਰ ਨਾ ਦੀਆ। ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ। ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੋ ਆਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਐਸੀ ਕਰਨੀ
ਕਿਸੇ ਨੇ ਹੋਰ ਨੇ ਨਹੀਂ ਕੀਤੀ, ਕਿਉਂਕਿ ਕਿਸੇ ਦੇ ਧਰਮ ਦੇ ਵਾਸਤੇ, ਕਿਸੇ ਦੇ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਦੇ ਵਾਸਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਰੀਰ ਦਾ ਠੀਕਾ ਜਿਹੜਾ ਉਹ ਦਿੱਲੀ ਦੇ ਰਾਜੇ ਜਿਹੜੇ ਨੇ, ਦਿੱਲੀ ਦੇ ਬਾਦਸ਼ਾਹ ਨੇ, ਉਹਨਾਂ ਦੇ ਸਿਰ ਤੇ ਜਾ ਕੇ ਪੰਨੇ, ਔਰੰਗਜ਼ੇਬ ਦੇ ਸਿਰ ਤੇ ਜਾ ਕੇ ਪੰਨੇ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਸੱਚੇ ਪਾਤਸ਼ਾਹ ਦੀ ਲੋਕ ਦੇ ਅੰਦਰ, ਕਿਉਂਕਿ ਲੋਕ ਬੈਰਾਗ ਦੇ ਵਿੱਚ, ਬੈਰਾਗ ਦੇ ਵਿੱਚ ਨੇ, ਪਰ ਲੋਕ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਦੀ ਜੈ ਜੈਕਾਰ ਹੋ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਅਨੋਖੀ ਐਸੀ ਸ਼ਹਾਦਤ ਨੂੰ, ਕੋਟਾਨ ਕੋਟ ਪ੍ਰਣਾਮ ਹੈ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਕਿੱਡੀ ਵੱਡੀ ਕੁਰਬਾਨੀ ਮਹਾਰਾਜ ਜੀ ਤੁਸੀਂ ਕੀਤੀ ਆਪ ਜੀ ਦੀ ਇਸ ਮਹਾਨ ਸ਼ਹੀਦੀ ਨੂੰ, ਕੋਟਾਨ ਕੋਟ ਪ੍ਰਣਾਮ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ, ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਨੇ, ਬਖਸ਼ ਲੈਣਗੇ। ਗੁਰੂ ਕੀ ਸੰਗਤ ਬਖਸ਼ ਨਿਯੋਗ ਹੈ, ਭੁੱਲਾ ਨਾ ਚਿਤਾਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।